ਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਪਲਟ ਗਈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕਈ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਨੂੰ ਧੱਕਾ ਮਾਰ ਕੇ ਸਟਾਰਟ ਕੀਤਾ ਗਿਆ ਸੀ ਅਤੇ ਉਤਰਾਈ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ। ਸਥਾਨਕ ਲੋਕਾਂ ਵੱਲੋਂ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਨੇੜਲੇ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਭੇਜਿਆ ਗਿਆ। ਦੱਸ ਦਈਏ ਕਿ ਰੋਡ ਘੱਟ ਚੌੜੀ ਹੋਣ ਕਾਰਨ ਵੱਡੇ ਵਾਹਨ ਅਕਸਰ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ। ਇਹ ਇੱਥੇ ਮੱਥਾ ਟੇਕਣ ਵਾਸਤੇ ਸੰਗਤ ਆਈ ਸੀਗੀ। ਜਿਹੜੀ ਗੱਡੀ ਬੱਸ ਸੀ ਉੱਪਰ ਪਾਰਕਿੰਗ 'ਚ ਖੜ੍ਹੀ ਸੀ। ਪਾਰਕਿੰਗ ਜਦ ਉਹਨੇ ਸਟਾਰਟ ਕੀਤੀ ਤਾਂ ਉਹ ਸਟਾਰਟ ਨਹੀਂ ਹੋਈ। ਲੇਡੀਜ਼ ਵਿੱਚ ਬੈਠੀਆਂ ਸੀਗੀਆਂ, ਬੰਦੇ ਧੱਕਾ ਲਾਉਣ ਲੱਗ ਗਏ ਪਿੱਛੇ ਨੂੰ। ਉਹਦਾ ਪ੍ਰੈਸ਼ਰ ਨਾ ਬਣਨ ਕਰਕੇ ਮੁੜ ਕੇ ਬ੍ਰੇਕ ਫੇਲ ਹੋ ਗਏ। ਬ੍ਰੇਕ ਫੇਲ ਹੋਣ ਨਾਲ ਉਹ ਖੰਭੇ 'ਚ ਲੱਗ ਗਈ। ਖੰਭੇ 'ਚ ਲੱਗ ਕੇ ਉਹ ਅਤੇ ਉਹ ਗੱਡੀ ਜਿਹੜੀ ਬੱਸ ਹੀ ਪਲਟ। ਵੱਡੀਆਂ ਗੱਡੀਆਂ ਦੀ ਪਾਬੰਦੀ ਤਾਂ ਨਹੀਂ ਲਾਈ ਜਾਂਦੀ। ਰੋਡ ਤਾਂ ਜਿਹੜਾ ਹੈ ਤਕਰੀਬਨ 20-25 ਫੁੱਟ ਚੌੜਾ ਹੈਗਾ, ਕਿਉਂਕਿ ਫਿਰ ਜੇ ਥੱਲੇ ਵੱਡੀਆਂ ਬੱਸਾਂ 'ਤੇ ਜਾਂ ਉਹਨਾਂ 'ਤੇ ਪਬਲਿਕ ਲਾਉਂਦੇ ਹਾਂ, ਕਾਫੀ ਏਜਡ ਬੰਦੇ ਆਉਂਦੇ ਨੇ, ਉਹਨਾਂ ਨੂੰ ਤੁਰ ਕੇ ਐਡਾ ਜਾਣਾ ਉੱਪਰ ਤੱਕ 2-2.5 ਕਿਲੋਮੀਟਰ ਬੜਾ ਮੁਸ਼ਕਿਲ ਹੈ। ਅਤੇ ਇਸ ਕਰਕੇ ਹੁਣ DC ਸਾਹਿਬ ਵੀ ਆ ਕੇ ਗਏ ਨੇ ਮੌਕੇ 'ਤੇ, ਅਤੇ ਇਹਦਾ ਜਿੰਨਾ ਕੁ ਹੋਰ ਆਲੇ ਦੁਆਲੇ ਜੇ ਕੁਛ ਕਰਨ ਵਾਲਾ ਉਹ ਗੌਰਮੈਂਟ ਤੋਂ DC ਸਾਹਿਬ ਲਿਖ ਕੇ ਭੇਜਣਗੇ, ਉਹ ਕਰਾ ਦੇਣਗੇ। ਇਹ ਬਾਬਾ ਬੁੱਢਕ ਸਾਹਿਬ ਦੇ ਅਸੀਂ ਨਾ ਜੀ ਫਰੀਦਕੋਟ ਤੋਂ ਆਏ ਸੀਗੇ ਜੀ, ਅਤੇ ਤਰਨ ਤਾਰਨ ਇੱਥੇ ਕੀਰਤਨਪੁਰ ਸਾਹਿਬ ਫੁੱਲ ਪਾ ਕੇ ਸਵੇਰੇ ਮੱਥਾ ਟੇਕ ਕੇ ਬਾਬਾ ਬੁੱਢਕ ਸਾਹਿਬ ਮੱਥਾ ਟੇਕਣ ਗਏ ਸੀ। ਉੱਥੇ ਜਾ ਕੇ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਵਾਪਸ ਆਉਣ ਲੱਗੇ ਅਤੇ ਉਹ ਇਹ ਹਾਦਸਾ ਹੋ ਗਿਆ। ਅਸੀਂ ਬੰਦੇ ਬਾਹਰ ਸੀ, ਇਹ 8-9 ਜਾਣੇ ਦੀ ਇੱਕ ਜਾਣੇ ਦੀ ਡੈਥ ਹੋਈ, ਬਾਕੀ ਠੀਕ। ਹਾਂ ਉਹ 8-9 ਜਾਣੇ ਤਾਂ ਉਹੀ ਗਿਣੇ। ਹਾਂਜੀ ਹਾਂਜੀ, ਬਾਂਹ ਵੱਡੀ ਆ, ਲੱਤ ਵੀ ਟੁੱਟੀ ਆਈ, ਅੱਡੀਆਂ ਉੱਡੀਆਂ, ਵਾਹਵਾ ਬਹੁਤ ਜ਼ਿਆਦਾ ਭੈੜਾ ਹਾਦਸਾ ਹੋਇਆ। ਦੇਖੋ ਜੀ, ਕੀਰਤਪੁਰ ਸਾਹਿਬ ਐਕਸੀਡੈਂਟ ਹੋਇਆ ਹੈਗਾ, ਕੋਈ ਬੱਸ ਕਹਿੰਦੇ ਪਲਟ ਗਈ ਹੈਗੀ ਹੈ, ਅਤੇ ਸਾਡੇ ਕੋਲ ਟੋਟਲ 9 ਪੇਸ਼ੈਂਟ ਆਏ ਨੇ, ਜਿਨ੍ਹਾਂ 'ਚੋਂ ਇੱਕ ਬਰੋਡ ਡੈਡ ਹੈ, ਲੇਡੀ ਹੈਗੀ ਹੈ ਬਲਜੀਤ ਕੌਰ, ਅਤੇ 4 ਅਸੀਂ ਰੈਫਰ ਕੀਤੇ ਆ, ਅਤੇ ਇੱਕ ਐਡਮਿਟ ਕੀਤਾ, 3 ਅਜੇ ਔਨ ਸਲਿਪ ਟ੍ਰੀਟਮੈਂਟ ਹੈਗੇ ਆ, ਜਿਨ੍ਹਾਂ ਦੇ ਫ੍ਰੈਕਚਰ ਵਗੈਰਾ ਹੈਗੇ, ਉਹਦੇ ਐਕਸਰੇ ਵਗੈਰਾ ਹੋ ਰਹੇ ਹੈਗੇ ਆ। ਜਿਹੜੇ 3 ਸਾਡੇ ਕੋਲ ਆਏ ਨੇ ਉਹਦੇ ਜਿਹੜੇ ਥੋੜ੍ਹੇ ਕੁਛ ਇੱਕਦੀ ਸੀਰੀਅਸ ਹੈਗੀ ਹੈ, ਬਾਕੀ ਜਦੋਂ ਫ੍ਰੈਕਚਰ ਦੇਖ ਰਹੇ ਹਾਂ ਪਤਾ ਲੱਗੇਗਾ ਕਿਆ ਹੈਗਾ, ਫਿਰ ਸਾਨੂੰ ਟ੍ਰੀਟਮੈਂਟ ਕਰਾਂਗੇ ਉਹਨਾਂ ਦੀ। ਅੱਜ ਫਸਟ ਏਡ ਕਰਕੇ ਸਾਰਿਆਂ ਨੂੰ ਅਸੀਂ ਔਨ ਸਲਿਪ ਰੱਖਿਆ ਹੋਇਆ। ਉਧਰ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਵਿੱਚ ਸੰਘਰਸ਼ ਕਮੇਟੀ ਵੱਲੋਂ ਟੁੱਟੀ ਸੜਕ ਨੂੰ ਲੈ ਕੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਰੋਡ ਤੇ ਟੁੱਟਾ ਹੋਣ ਕਾਰਨ ਆਏ ਦਿਨ ਇੱਥੇ ਹਾਦਸੇ ਵਾਪਰ ਰਹੇ ਹਨ। ਇਸ ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਈਓ ਨੇ ਰੋਡ ਤੇ ਆਉਣ ਵਾਲੀਆਂ ਦਿੱਕਤਾਂ ਨਾਲ ਜਾਣੂ ਕਰਵਾਇਆ। ਨਗਰ ਨਿਗਮ ਦੇ ਈਓ ਸੰਜੀਵ ਤਿਵਾੜੀ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ ਆਉਣ ਵਾਲੇ ਕੁਝ ਹੀ ਦਿਨਾਂ 'ਚ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਸੜਕ ਦੀ ਇੰਨੀ ਮੰਦੀ ਹਾਲਤ ਆ ਕਿ ਜੇ ਕੋਈ ਸਬਜ਼ੀ ਮੰਡੀ ਜਾਂਦਾ ਉਹਦੀ ਸਬਜ਼ੀ ਇੱਥੇ ਡੁੱਲ ਜਾਂਦੀ ਆ, ਜੇ ਕੋਈ ਮਰੀਜ਼ ਸ਼ਿਵਮ ਹੋਸਪਿਟਲ ਜਾਂਦਾ ਉਹ ਮਰੀਜ਼ ਜਿਹੜਾ ਐਂਬੂਲੈਂਸ 'ਚ ਹੁੰਦਾ ਉਹ ਇੰਨਾ ਪਰੇਸ਼ਾਨ ਹੁੰਦਾ, ਇੰਨਾ ਤੰਗ ਹੁੰਦਾ, ਉਹ ਠੀਕ ਤਾਂ ਉਹਨੂੰ ਕੀ ਹੋਣਾ, ਉਹ ਮੁੜ ਕੇ ਫਿਰ ਬਿਮਾਰ ਹੋ ਜਾਂਦਾ। ਰੇਲਵੇ ਮੰਡੀ ਕੁੜੀਆਂ ਸਕੂਲ 'ਤੇ ਜਾਣ ਲਈ ਸਾਈਕਲਾਂ 'ਤੇ ਜਾਂਦੀਆਂ, ਉਹਨਾਂ ਦੇ ਐਕਸੀਡੈਂਟ ਹੁੰਦੇ ਆ, ਸੱਟਾਂ ਲੱਗਦੀਆਂ। ਆਪਾਂ 28-5 ਨੂੰ ਦਿਵਾੜੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ 15 ਦਿਨ ਦਾ, ਕਿ 15 ਦਿਨ ਦੇ ਵਿੱਚ ਸੜਕ ਬਣਨੀ ਚਾਹੀਦੀ ਨੇ, ਅਸੀਂ ਧਰਨਾ ਲਾਵਾਂਗੇ। ਉਹਨਾਂ ਦੇ ਕੰਨ 'ਤੇ ਜੂਨ ਤੱਕ ਨਹੀਂ ਸੁਰਕੀ, ਅਸੀਂ ਫਿਰ ਮੁੜ ਕੇ ਗਏ, ਉਹ ਕਹਿੰਦੇ ਜੀ ਬਣ ਜਾਊਗੀ, ਅੱਗੇ ਟੈਂਡਰ ਹੋ ਗਿਆ, ਹਫ਼ਤੇ ਤੱਕ ਬਣ ਜਾਊਗੀ, ਲੇਕਿਨ ਸਾਨੂੰ ਕੋਈ ਵਿਸ਼ਵਾਸ ਨਹੀਂ ਗਾ ਵੀ ਸਾਡੀ ਸੜਕ ਜੇ ਹਫ਼ਤੇ ਤੱਕ ਬਣ ਜਾਊਗੀ। ਇਹਦੇ ਬਾਅਦ ਨਾਲ ਲੱਗਦਾ ਹੋਰ ਵੀ ਮਸਲੇ ਗੰਦੇ ਨਾਲੇ ਦੇ ਪਾਣੀ ਦੇ ਵੀ ਹੈਗੇ ਆ, ਲੇਕਿਨ ਗੱਲ ਇਹ ਆ ਕਿ ਖੱਡੇ ਟੋਏ ਇੰਨੇ ਪਏ ਆ, ਇਹ ਸਰਕਾਰ ਜਿਨ ਸਾੜੀਆਂ ਸੜਕਾਂ ਬਣਾਉਣੀਆਂ, ਤੁਸੀਂ ਉਹ ਸੜਕਾਂ ਦੇਖੋ ਸੁਭਾਸ਼ ਨਗਰ ਵੱਲ ਰੁਮਾਲ ਰੋਡ ਵੱਲ, ਉਹ ਬਣੀਆਂ ਪਈਆਂ, ਉੱਧਰ ਦਾ ਖੱਡੇ ਟੋਏ ਕੁਛ ਹੈ ਨਹੀਂ। ਇੱਥੇ ਮੇਰੀ ਬੇਨਤੀ, ਜਿੱਦਾਂ ਘਈ ਸਾਹਿਬ ਨੇ ਬੇਨਤੀ ਕੀਤੀ ਆ, ਪਲੀਜ਼ ਤੁਸੀਂ
ਗੱਲ ਪਹੁੰਚਾਉਣ ਵਾਲੇ ਸਰਕਾਰ ਤੱਕ ਹੈ, ਸਾਡੇ ਹਮਦਰਦਿਆਂ, ਸੰਗਤ ਦੇ ਹਮਦਰਦਿਆਂ, ਔਰ ਇਸ ਗੱਲ ਨੂੰ ਸਹੀ ਪਹੁੰਚਾਓ। ਪੂਰਾ ਟੋਆਂ ਦਾ ਹਾਲ ਜੋ ਹੈਗਾ ਉਹ ਉੱਥੇ ਉਹਨਾਂ ਤੱਕ ਪਹੁੰਚਾਓ। ਹੁਣ ਸਾਨੂੰ ਕਹਿੰਦੇ ਸੀ ਹਫ਼ਤੇ ਤੱਕ, ਲੇਕਿਨ ਉਹਨਾਂ ਦਾ ਕੋਈ ਯਕੀਨ ਨਹੀਂ। ਆਪਾਂ ਉਹਨਾਂ 'ਚ ਕਿਰ ਇੱਥੋਂ ਨਹੀਂ ਜਾਣਾ, ਸਾਨੂੰ ਧੁੱਪ ਵਿੱਚ ਭਾਵੇਂ ਬੈਠਣਾ ਪੈ ਜਾਵੇ, ਧਰਨਾ ਲਾਉਣਾ ਪੈ ਜਾਵੇ, ਕਿਉਂਕਿ ਉਹ ਸਾਨੂੰ ਧੋਖੇਬਾਜ਼ੀ। 100 ਕਰੋੜ ਅੱਗੇ 100 ਕਰੋੜ ਰੁਪਈਆ ਆਇਆ ਸੀ ਸੀਵਰੇਜ ਵਾਟਰ ਸਪਲਾਈ ਦਾ, ਉਹ ਵੀ ਖਾ ਗਏ, ਤਾਂ ਤਨਖਾਹ ਕਹਿੰਦੇ ਜੀ ਦੇਣੀਆਂ ਸੀ। ਜਿਹੜੀ ਭਰਵਾਈ ਪੁਰਾਣਾ ਭਰਵਾਈ ਰੋਡ ਵਾਲਾ ਜਿਹੜਾ ਅੱਡਾ ਹੈਗਾ ਸੈਸ਼ਨ ਚੌਂਕ ਤੋਂ ਲੈ ਕੇ ਉਸ ਰੋਡ ਦੀ ਰਿਪੇਅਰ ਦਾ ਅਤੇ ਉਹਦੀ ਇੱਕ ਸੜਕ ਬਣਾਉਣ ਦਾ ਕੰਮ ਦਾ ਸੀਗਾ, ਇਹ ਪਹਿਲਾਂ ਵੀ ਮੈਨੂੰ ਆ ਕੇ ਮਿਲੇ ਸੀਗੇ, ਕਿਉਂਕਿ ਸਰਕਾਰੀ ਪ੍ਰੋਸੈਸ ਮੀਟਿੰਗਾਂ ਦੇ ਵਿੱਚ ਪਿੱਛੇ ਕੋਡ ਲੱਗ ਗਿਆ, ਸਾਡਾ ਪ੍ਰੋਸੈਸ ਪਹਿਲਾਂ ਤੋਂ ਹੀ ਚੱਲ ਰਿਹਾ ਸੀਗਾ। ਔਰ 16 ਤਰੀਕ ਨੂੰ ਸਾਡੀ ਫਾਈਨੈਂਸ ਕਮੇਟੀ ਦੀ ਜਿਹੜੀ ਫਾਈਨਲ ਮੀਟਿੰਗ ਹੁੰਦੀ ਹੈ, ਜਿਸ 'ਚ ਸਾਰੇ ਠੇਕਿਆਂ ਨੂੰ ਅਪਰੂਵ ਕਰਦਾ ਹਾਊਸ, ਉਹਦੇ 'ਚ 16 ਤਰੀਕ ਨੂੰ ਹੋ ਗਿਆ ਔਰ 19 ਤਰੀਕ ਨੂੰ ਪੇਪਰ ਵਰਕ ਕਰਕੇ ਅਸੀਂ ਠੇਕੇਦਾਰ ਨੂੰ ਵਰਕ ਆਰਡਰ ਦੇ ਚੁੱਕੇ ਹਾਂ। ਔਰ ਮੈਂ ਇਹਨਾਂ ਨੂੰ ਅਸ਼ੋਰ ਕੀਤਾ ਕਿ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਠੇਕੇਦਾਰ ਨੂੰ ਪਰਸਨਲੀ ਬੁਲਾ ਕੇ ਪਹਿਲਾਂ ਇਹ ਕੰਮ ਸ਼ੁਰੂ ਕਰਾਵਾਂਗੇ, ਤਾਂ ਕਿ ਲੋਕਾਂ ਦੀ ਇਹ ਜਿਹੜੀ ਦਿੱਕਤ ਆ ਇਹ ਛੇਤੀ ਤੋਂ ਛੇਤੀ ਦੂਰ ਹੋ ਸਕੇ। ਨਹੀਂ, ਹੋਰ ਵੀ ਹੈਗੀਆਂ, ਹੁਣ ਉਹ ਡਿਟੇਲ ਮੇਰੇ ਕੋਲ ਇਸ ਵੇਲੇ ਹੈ ਨਹੀਂ ਆ। ਪਰਟੀਕੁਲਰਲੀ ਇਹ ਸੜਕ ਦਾ ਸੀਗਾ, ਇਹ ਸੜਕ ਦਾ ਟੈਂਡਰ ਹੋ ਗਿਆ, ਵਰਕ ਆਰਡਰ ਹੋ ਗਿਆ, ਸਾਰਾ ਕੁਝ ਹੋ ਗਿਆ ਇਹਦਾ।